किसान भरावो सत श्री अकाल। साडी खेती यूट्यूब चैनल ते साडी खेती फेसबुक पेज ते तुहाडा स्वागत है। किसान भरावो अज दी इस वीडियो विच आपां गल करांगे झोने दी सब तो मेन या मुख बीमारी दी। जिथे भी झोना लगदा तकरीबन हर जगह ते इह बीमारी आउणी ही आउणी हुंदी हैगी। जो किसान भीर नवें आ ओह साडी खेती यूट्यूब चैनल नूं सबसक्राइब कर लैण अते साडी खेती फेसबुक पेज नूं लाइक ते फॉलो कर लैण। किसान भरावो जिन्नियां भी झोने दीआं बीमारियां ने तकरीबन 50 तो लैके 70% तक झोने के झाड़ का नुकसान कर देंदियां ने, जबकि कीड़े वो सिर्फ 1 या 2% ही नुकसान कर सकते हैं। इस करके आपां नूं कीड़ियां तो वध बीमारियां तो डरना चाहिए गा ते बीमारियां का समय सिर या समय तो पहला इलाज कर लेना चाहिए गा। किसान भरावो अज जिहड़ी आपां बीमारी की गल कर रहे हैं वह हैगी सीथ बलाइट। सीथ बलाइट जिहड़ी कि झोने विच सब तो वध आउंदी हैगी ते जिथे जिथे झोना लगता हरेक एरिए सीथ बलाइट आउणा ही आउणा। सीथ बलाइट ने किसान भरावो इस वीडियो विच आपां तीन चीज़ां की गल करांगे। नंबर एक ते तां सीथ बलाइट की पछाण की गल करांगे। नंबर दो ते आपां सीथ बलाइट के फैलण का कारण की गल करांगे। नंबर तीन ते किवें आपां इस नूं कंट्रोल कर सकते हैं उहदी गल करांगे। नंबर एक ते पछाण। किसान भरावो जिवें तुसीं आ फोटो दे विच देख रहे हो कि झोने दे तने दे उपर चिट्टे ते सलेटी रंग दे धब्बे पाए जांदे आ पानी दे लैवल तो थोड़ा जिहा उत्ते। इह इहदी सब तो मेन पछाण हैगी ते इह तुहानूं बाहर वट्टां बन्नियां करनी जां पहियां करनी मिलूगा, दोगियां दे विच हमला करदी हैगी। ठीक है, जदों बीमारी वधदी हैगी उदों इहदे जिहड़े नाल पत्ते खेंदे ने उह हौली हौली उहनां दे उत्ते जिहड़ी फंगस आ उह चली जांदी आ ते उहनां दे उपर वी सलेटी रंग दे धब्बे पै जांदे आ। जदों इह बहुत ज़्यादा वधीए तां इह मन के चलो भी दग्गियां दे विच बूटियां नूं सुका दिंदी आ। जदों बूटे सुक गए तां उहदे विच जिहड़ियां बल्लियां तां निकलणियां उहदे विच कोई दाणा नहीं बणना, सिर्फ फोक निकलणियां गी। किसान भरावो इह तां हो गई इहदी पछाण। हुण आपां गल करदे इहदे फैलण दे कारण। किसान भरावो जिहड़े इहदे उल्ली दे जां फंगस दे कण ने ਉਹ ਆਪਣੇ ਵੱਟਾਂ ਬੰਨਿਆਂ 'ਤੇ ਜਿਹੜਾ ਘਾਹ ਉੱਗਦਾ ਗਾ ਜਾਂ ਕੋਈ ਵੀ ਨਦੀਨ ਹੈ ਉਹਦੇ 'ਤੇ ਸਾਰਾ ਸਾਲ ਪੈਂਦੇ ਜਿਉਂਦੇ ਰਹਿੰਦੇ ਹੈਗੇ ਅਤੇ ਉਸ ਤੋਂ ਬਾਅਦ ਜਦੋਂ ਵੀ ਉਸਨੂੰ ਮੌਸਮ ਆਪਣਾ ਅਨੁਕੂਲ ਮਿਲਦਾ ਗਾ ਉਹ ਆਪਣੀ ਫਸਲ ਦੇ ਉੱਪਰ ਹਮਲਾ ਕਰ ਦਿੰਦੇ ਹੈਗੇ। ਹੁਣ ਕਿਸਾਨ ਭਰਾਵੋ ਇਹਦਾ ਜਿਹੜਾ ਅਨੁਕੂਲ ਵਾਤਾਵਰਨ ਆ ਉਹ ਹੈਗਾ 28 ਤੋਂ ਲੈ ਕੇ 32 ਡਿਗਰੀ ਤੱਕ ਸੈਂਟੀਗ੍ਰੇਡ ਆਪਣਾ ਸੈਲਸੀਅਸ ਤਾਪਮਾਨ ਹੈ ਅਤੇ ਜਿਹੜੀ ਹਿਊਮਿਡਿਟੀ ਆ 95 ਤੋਂ ਲੈ ਕੇ 100% ਤੱਕ ਹਿਊਮਿਡਿਟੀ ਆ। ਜਦੋਂ ਲਗਾਤਾਰ ਝੜੀ ਲੱਗਦੀ ਆ ਉਦੋਂ ਇਹ ਬਹੁਤ ਹੀ ਤੇਜ਼ੀ ਨਾਲ ਬਿਮਾਰੀ ਆਪਣੇ ਖੇਤ ਦੇ ਵਿੱਚ ਫੈਲਦੀ ਆ। ਕਿਸਾਨ ਭਰਾਵੋ ਹੁਣ ਗੱਲ ਕਰਾਂਗੇ ਇਹਦੀ ਰੋਕਥਾਮ ਦੀ। ਰੋਕਥਾਮ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਗਰਮੀ ਦੇ ਵਿੱਚ ਮਈ ਦੇ ਮਹੀਨੇ ਦੇ ਵਿੱਚ ਆਪਣੇ ਖੇਤ ਨੂੰ ਡੂੰਘਾ ਪਾ ਕੇ ਛੱਡ ਦਿਆ ਕਰੋ, ਉਹਦੇ ਨਾਲ ਰੋਕਥਾਮ ਹੋ ਜਾਂਦੀ ਆ। ਉਸ ਤੋਂ ਬਾਅਦ ਜਿੰਨੇ ਵੀ ਆਪਣੇ ਵੱਟਾਂ ਮੰਨੇ ਨੇ ਜਾਂ ਪਹੇ ਨੇ ਪਹੀਆਂ ਨੇ ਉਹਦੇ ਉਹਨਾਂ ਨੂੰ ਨਦੀਨ ਮੁਕਤ ਰੱਖੋ, ਚੰਗੀ ਤਰ੍ਹਾਂ ਸਾਫ਼ ਘੜ ਘੁੜ ਕੇ ਰੱਖੋ ਵੀ ਉਹਦੇ 'ਤੇ ਨਦੀਨ ਜਮ੍ਹਾਂ ਨਾ ਹੋਵੇ ਤਾਂ ਜੋ ਇਹ ਬਿਮਾਰੀ ਦੇ ਕਾਰਨ ਆ ਉੱਥੇ ਨਾ ਫੈਲਣ। ਨੰਬਰ 3 'ਤੇ ਜਦੋਂ ਵੀ ਆਪਣੇ ਖੇਤ ਦਾ ਜਿਹੜਾ ਝੋਨਾ ਗਾ ਉਹ ਬੂਝਾ ਮਾਰ ਚੁੱਕਿਆ ਜਾਂ ਆਪਣਾ ਰੇਹ ਸਾਰਾ ਕੰਪਲੀਟ ਹੋ ਗਿਆ ਵੀ ਉਦੋਂ ਬਾਅਦ ਆਪਾਂ ਨੂੰ ਨਦੀਨਾਂ ਦੀ ਕੋਈ ਸਮੱਸਿਆ ਨਹੀਂ ਆਉਣੀ, ਉਦੋਂ ਬਾਅਦ ਆਪਣੇ ਖੇਤ ਨੂੰ ਪਾਣੀ ਸੁਕਾ ਸੁਕਾ ਲਾਓ, ਬਾਲਾ ਵੀ ਨਹੀਂ ਸੁਕਾਉਣਾ। ਜਦੋਂ ਪਾਣੀ ਜੀਰ ਗਿਆ ਉਦੋਂ 2 ਦਿਨ ਬਾਅਦ ਹੀ ਪਾਣੀ ਲਾ ਦਿਉ, ਤੇੜਾਂ ਵੀ ਨਹੀਂ ਪਾਟਣ ਦੇਣੀਆਂ ਕਿਉਂਕਿ ਜੇ ਤੇੜਾਂ ਪਾਟ ਗਈਆਂ ਫਿਰ ਪਾਣੀ ਬਿਲਕੁਲ ਵੀ ਨਹੀਂ ਖੜੇਗਾ। ਅਤੇ ਉਸ ਤੋਂ ਬਾਅਦ ਹੁਣ ਗੱਲ ਕਰਦੇ ਵੀ ਜਦੋਂ ਜੇਕਰ ਆਪਣੇ ਖੇਤ ਦੇ ਵਿੱਚ ਬਿਮਾਰੀ ਆ ਗਈ ਫਿਰ ਆਪਾਂ ਕਿਹੜੀਆਂ ਸਪਰੇਹਾਂ ਨਾਲ ਇਹਨੂੰ ਕੰਟਰੋਲ ਕਰ ਸਕਦੇ ਹਾਂ, ਕਿਉਂਕਿ ਉਸ ਤੋਂ ਬਾਅਦ ਆਪਾਂ ਨੂੰ ਸਪਰੇਹਾਂ ਹੀ ਕਰਨੀਆਂ ਪੈਣੀਆਂ ਨੇ। ਇਹਦੇ ਲਈ ਯੂਨੀਵਰਸਿਟੀ ਨੇ 4-5 ਦਵਾਈਆਂ ਖੇਤੀਬਾੜੀ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀਆਂ ਨੇ, ਉਹ ਇਸ ਪ੍ਰਕਾਰ ਆ। ਨੰਬਰ 1 ਤੇ ਹੈਗੀ ਪਲਸਰ ਜਿਹਦੇ ਵਿੱਚ ਥਾਈਫਲੂਜਾਮਾਈਡ ਟੈਕਨੀਕਲ ਹੈ, ਉਹ ਤੁਸੀਂ ਹੁਣ ਜਿਹੜੀਆਂ ਮੈਂ ਤੁਹਾਨੂੰ ਦਵਾਈਆਂ ਦਾ ਨਾਂ ਦੱਸੂੰਗਾ ਨਾਲ ਟੈਕਨੀਕਲ ਦੱਸੂੰਗਾ ਉਹ ਤੁਸੀਂ ਹੋਰ ਕੰਪਨੀ ਦੇ ਵੀ ਲੈ ਸਕਦੇ ਹੋ। ਜ਼ਰੂਰੀ ਹੈਗਾ ਵੀ ਤੁਸੀਂ ਬਾਏ ਨੇਮ ਹੀ ਲੈਣਾ, ਜਿਹੜੀ ਕੰਪਨੀ ਤੁਹਾਨੂੰ ਸਸਤੀ ਪੈਂਦੀ ਹੈਗੀ ਜਾਂ ਜਿਹੜੀ ਕੰਪਨੀ ਤੁਹਾਡੇ ਏਰੀਏ ਦੇ ਵਿੱਚ ਜਦੀ ਵਧੀਆ ਰਿਜ਼ਲਟ ਦਿੰਦੀ ਹੈ ਜਿਹੜੀ ਦਵਾਈ ਉਹ ਵੀ ਕਰ ਸਕਦੇ ਹੋ। ਨੰਬਰ 1 ਤੇ ਹੈਗੀ ਥਾਈਫਲੂਜਾਮਾਈਡ ਜਿਹੜੀ ਪਲਸਰ ਦੇ ਵਿੱਚ ਇਹ ਸਾਲਟ ਹੁੰਦਾ ਗਾ। ਨੰਬਰ 2 ਤੇ ਹੈਗੀ ਕਸਟੂਡੀਆ ਉਹਦੇ ਵਿੱਚ ਅਜੋਕਸੀਸਟ੍ਰੋਬਿਨ ਅਤੇ ਟੈਬੂਕੋਨਾਜੋਲ ਹੁੰਦਾ ਗਾ। ਨੰਬਰ 3 ਤੇ ਹੈਗੀ ਫੋਲੀ ਕੇਅਰ ਉਹਦੇ ਵਿੱਚ ਇਕੱਲਾ ਟੈਬੂਕੋਨਾਜੋਲ ਹੁੰਦਾ ਗਾ। ਨੰਬਰ 4 ਤੇ ਹੈਗੀ ਨਟੀਬੋ ਉਹਦੇ ਵਿੱਚ ਟ੍ਰਾਈਫਲੋਕਸੀਸਟ੍ਰੋਬਿਨ ਅਤੇ ਟੈਬੂਕੋਨਾਜੋਲ ਹੁੰਦਾ ਗਾ। ਨੰਬਰ 5 ਤੇ ਆ ਗਈ ਐਮੀਸਟਾਰ ਜਿਹਦੇ ਵਿੱਚ ਅਜੋਕਸੀਸਟ੍ਰੋਬਿਨ ਅਤੇ ਡਾਈਫੈਨਾਕੋਨਾਜੋਲ ਹੁੰਦਾ ਗਾ।
ਇਹਨਾਂ ਪੰਜਾਂ ਦਵਾਈਆਂ ਦੇ ਵਿੱਚੋਂ ਤੁਸੀਂ ਜਿਹੜੀ ਮਰਜ਼ੀ ਇੱਕ ਦਵਾਈ ਕਰ ਸਕੇ ਆਪਣੇ ਖੇਤ ਨੂੰ ਉੱਲੀ ਰਹਿਤ ਜਾਂ ਇਸ ਬਿਮਾਰੀ ਦਾ ਚੰਗਾ ਅਤੇ ਵਧੀਆ ਇਲਾਜ ਸਮੇਂ ਸਿਰ ਕਰ ਸਕਦੇ ਹੋ। ਕਿਸਾਨ ਭਰਾਵੋ, ਹੁਣ ਮੈਂ ਤੁਹਾਨੂੰ ਇਹਨਾਂ ਦੀ ਡੋਜ਼ ਦੱਸ ਦਿੰਦਾ। ਜਿਹੜੀ ਤਾਂ ਹੈਗੀ ਐਮੀਸਟਾਰ, ਉਹ 200 ml ਪ੍ਰਤੀ ਏਕੜ, ਅਤੇ ਕਸਟੂਡੀਆ 200 ml ਪ੍ਰਤੀ ਏਕੜ, ਅਤੇ ਫੋਲੀਕੇਅਰ 200 ml ਪ੍ਰਤੀ ਏਕੜ, ਅਤੇ ਜਿਹੜੀ ਪਲਸਰ ਹੈਗੀ ਉਹ ਤੁਸੀਂ 6 ਕਿੱਲਿਆਂ 'ਤੇ 1 ਲੀਟਰ ਪਾ ਸਕਦੇ ਹੋ। ਨੈਟੀਵੋ ਆ ਉਹ ਤੁਸੀਂ 8 ਕਿੱਲਿਆਂ 'ਤੇ 1 ਕਿਲੋ ਪਾ ਸਕਦੇ ਹੋ। ਕਿਸਾਨ ਭਰਾਵੋ, ਜੇਕਰ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਕਰ ਲਓ। ਕਿਸਾਨ ਭਰਾਵੋ, ਬਹੁਤ ਬਹੁਤ ਧੰਨਵਾਦ।